ਸਾਦਾ ਹੈ ਹਥਿਆਰ ਉਹਦੀ ਚਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲੋ ਕਰਜੇ ਵਾਰ ਉਹਦੀ ਚਿੱਤ ਯਕੀਨਣ ਦੋਸਤੋ ਜਿਹੜਾ ਪਹਿਲੋ ਕਰਜੇ ਵਾਰ ਪਹਿਲਾ ਵਾਰ ਰੁਸ਼ੀ ਵੀ ਦੱਤੇ ਨੇ ਕੀਤਾ ਪਰ ਸੁਣੀ ਨੇ ਵੀ ਕਹਿੰਦੇ ਬਾਹਰ ਭਾਜੀ ਜਿਹੜੀ ਬਰਾਬਰ ਹੋਈ ਹੈ ਤੇ ਪਹਿਲੀ ਵਾਰ ਦੇ ਰਣ ਜਿਹੜੇ ਕਹਿੰਦੇ 26 ਤਰੀਕ ਨੂੰ ਇਹਨਾਂ ਭਰਾਵਾਂ ਦੇ ਕਹਿੰਦੇ ਵੱਡੇ ਮਾਣ ਸਨਮਾਨ ਕੀਤੇ ਜਾਣੇ ਹੈ। ਲਓ ਜਲੰਧਰ ਸ਼ਹਿਰ ਦਾ ਰੋਹਿਤ ਤੇ ਸਾਹਮਣੇ ਬਮਾਨੀ ਵਾਲਿਆ ਲਾਓ ਇਹ ਕੌਣ ਹੈ ਕਿ ਉੱਡੀ ਫਿਰਦੀ ਹੈ ਮੜੀਰੇ ਰਾਜੀ ਨਾਮੇ ਕਰਕੇ ਅਸੀਂ ਕਾਰਨਾਮੇ ਕਰਕੇ ਵੀ ਕਦੇ ਹਵਾ ਨਹੀਂ ਕਰੀ। ਇਹ ਪਿਆਲੇ ਵਾਲਾ ਮੇਰੇ ਵੀਰੋ ਸਨੀ ਹੈ ਇਹਦੇ ਰਣ ਛੇ ਜੁੜੇ ਹੈ ਇਹ ਸਨੀ ਹੈ ਮੇਰੇ ਵੀਰੋ ਮੈਂ ਕਿਤੇ ਧਰਮਪੁਰ ਵਾਲਾ ਕੌਣ ਆ ਗਿਆ ਲਓ ਸਨੀ ਕਹਿੰਦੇ ਪਿਆਲਾ ਦੀ ਧਰਤੀ ਦਾ ਕਹਿੰਦੇ ਦਬਾਬੇ ਵਿੱਚ ਆਹ ਮੁੰਡੇ ਦਾ ਵੀ ਕਹਿੰਦੇ ਸਿੱਕਾ ਚੱਲਦਾ ਪਰ ਢਿੱਲੋ ਅੱਜ ਕਹਾਣੀ ਸਿਰੇ ਲਾਉਣੀ ਪੈਣੀ ਹੈ ਅੱਜ ਬੱਲੇ ਬੱਲੇ ਕਰਾਉਣੀ ਪੈਣੀ ਹੈ ਕਿ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਓਏ ਜੇਬ ਵਿੱਚ ਸਦਾ ਨਹੀਂ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜ੍ਹਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜ੍ਹਾਈਆਂ ਰਹਿੰਦੀਆਂ ਲਾਓ ਸ਼ੁਰੂ ਤੇ ਕਹਿੰਦੇ ਐਨ ਸਨੀ ਐਨ ਸਵਾਦ ਹੈ ਇਹ ਸਨੀਆ ਮੇਰੇ ਵੀਰੇ ਦਬਾਬੇ ਵਾਲਾ ਕੇ ਜੇ ਜੱਟ ਵਿਗੜ ਗਿਆ ਅੱਜ ਪਿੱਲੀ ਅੱਖਾਂ ਦੇ ਵਿੱਚ ਰੜਕੂ ਕੇ ਜੇ ਜੱਟ ਵਿਗੜ ਗਿਆ ਅੱਜ ਪਿੱਲੀ ਅੱਖਾਂ ਦੇ ਵਿੱਚ ਰੜਕੂ ਕੇ ਕਹਿੰਦੇ ਛੱਕਾ ਮਾਰਿਆ ਪਤਾ ਲੋਕਾਂ ਨੂੰ ਲੱਗਾ ਕਿ ਛੱਕਾ ਮਾਰਿਆ ਉਧਰਲੇ ਪਾਸੇ ਹੋਰ ਤਕੜਾ ਯੂਵੀ ਇਹ ਤੋਂ ਉੱਤੇ ਰਣ ਜਿਹੜੇ ਮੇਰੇ ਵੀਰੇ ਹੋ ਚੁੱਕੇ ਆ 26 ਰਣ ਜਿਹੜੇ ਬਚਦੇ ਆ ਲਓ ਸਨੀਆ ਮੇਰੇ ਵੀਰੇ ਬੜਾ ਨਵੇਂ ਦਬਾਬੇ ਵਾਲਾ ਹੁਸ਼ਿਆਰਪੁਰ ਜਾ ਕੇ ਇਸ ਬੰਨੇ ਬਾਲ ਦਾ ਸਾਹਮਣਾ ਕਰਦਾ ਲਓ ਸਾਹਮਣੇ ਮੁਕਾਬਲਾ ਸਵਾਦ ਹੈ ਰਣ ਜਿਹੜੇ ਉੱਥੇ ਹੈ ਧੰਨਵਾਦ ਹੈ ਇਸੇ ਕੱਪ ਦੇ ਨਾਲ ਜੁੜਿਆ ਇਹਦੀ ਅਗਲਾ ਅਮਰ ਤੁਸੀਂ ਕਿਹਨੇ ਕਰਨਾ ਨੌਜਵਾਨ ਹੈ ਲਾਓ ਘੁੰਮਣ ਪਿੰਡ ਕਹਿੰਦੇ ਅਮਨਦੀਪ ਸਿੰਘ ਜਿਹੜਾ ਮੁੰਡਾ ਕਹਿੰਦੇ ਤੀਸਰੇ ਓਵਰ ਦੀ ਸ਼ੁਰੂਆਤ ਕਰ ਰਿਹਾ ਭਾਜੀ ਕੈਨੇਡੀਅਨ ਪੀਜ਼ਾ ਦਾ ਡਿਸੀਜ਼ਨ ਕੀ